ਭਾਰਤੀ ਹਾਕੀ ਟੀਮ ਨੇ ਓਲੰਪਿਕ ਦੇ ਵਿੱਚ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਦੇ ਵਿੱਚ ਬ੍ਰੌਂਜ਼ ਮੈਡਲ ਜਿੱਤ ਲਿਆ। ਟੀਮ ਇੰਡੀਆ ਨੇ ਸਪੇਨ ਨੂੰ 2-1 ਦੇ ਮੁਕਾਬਲੇ ਦੇ ਨਾਲ ਹਰਾਇਆ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਜਿੱਤ ਲਿਆ ਹੈ ਅਤੇ ਭਾਰਤ ਦੀ ਝੋਲੀ ਦੇ ਵਿੱਚ ਬ੍ਰੌਂਜ਼ ਮੈਡਲ ਦੇ ਦਿੱਤਾ ਹੈ। ਦੱਸ ਦਈਏ ਕਿ ਹਰਮਨਪ੍ਰੀਤ ਸਿੰਘ ਨੇ ਹੀ ਦੋਨੋਂ ਗੋਲ ਕੀਤੇ ਨੇ ਅਤੇ ਇਹ ਮੁਕਾਬਲਾ ਸ਼ਾਨਦਾਰ ਗੋਲਕੀਪਰ ਪੀ ਸ਼੍ਰੀਜੇਸ਼ ਦੇ ਲਈ ਵੀ ਅਹਿਮ ਰਿਹਾ ਹੈ ਕਿਉਂਕਿ ਉਹਨਾਂ ਦੇ ਕਰੀਅਰ ਦਾ ਇਹ ਆਖਰੀ ਮੁਕਾਬਲਾ ਸੀ। ਭਾਰਤੀ ਟੀਮ ਨੇ ਹੁਣ ਤੱਕ ਚੌਥਾ ਮੈਡਲ ਭਾਰਤ ਦੇ ਹਿੱਸੇ ਦੇ ਦਿੱਤਾ ਹੈ। ਓਲੰਪਿਕ 2024 ਦੇ ਵਿੱਚ ਚੌਥਾ ਮੈਡਲ ਭਾਰਤ ਦੇ ਹਿੱਸੇ ਆ ਚੁੱਕਿਆ ਹੈ। ਭਾਰਤੀ ਹਾਕੀ ਟੀਮ ਨੇ ਓਲੰਪਿਕ ਦੇ ਵਿੱਚ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਦੇ ਵਿੱਚ ਬ੍ਰੌਂਜ਼ ਮੈਡਲ ਜਿੱਤ ਲਿਆ। ਟੀਮ ਇੰਡੀਆ ਨੇ ਸਪੇਨ ਨੂੰ 2-1 ਦੇ ਮੁਕਾਬਲੇ ਦੇ ਨਾਲ ਹਰਾਇਆ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਜਿੱਤ ਲਿਆ ਹੈ ਅਤੇ ਭਾਰਤ ਦੀ ਝੋਲੀ ਦੇ ਵਿੱਚ ਬ੍ਰੌਂਜ਼ ਮੈਡਲ ਦੇ ਦਿੱਤਾ ਹੈ। ਦੱਸ ਦਈਏ ਕਿ ਹਰਮਨਪ੍ਰੀਤ ਸਿੰਘ ਨੇ ਹੀ ਦੋਨੋਂ ਗੋਲ ਕੀਤੇ ਨੇ ਅਤੇ ਇਹ ਮੁਕਾਬਲਾ ਸ਼ਾਨਦਾਰ ਗੋਲਕੀਪਰ ਪੀ ਸ਼੍ਰੀਜੇਸ਼ ਦੇ ਲਈ ਵੀ ਅਹਿਮ ਰਿਹਾ ਹੈ ਕਿਉਂਕਿ ਉਹਨਾਂ ਦੇ ਕਰੀਅਰ ਦਾ ਇਹ ਆਖਰੀ ਮੁਕਾਬਲਾ ਸੀ। ਭਾਰਤੀ ਟੀਮ ਨੇ ਹੁਣ ਤੱਕ ਚੌਥਾ ਮੈਡਲ ਭਾਰਤ ਦੇ ਹਿੱਸੇ ਦੇ ਦਿੱਤਾ ਹੈ। ਓਲੰਪਿਕ 2024 ਦੇ ਵਿੱਚ ਚੌਥਾ ਮੈਡਲ ਭਾਰਤ ਦੇ ਹਿੱਸੇ ਆ ਚੁੱਕਿਆ ਹੈ।